ਸਤਿ ਸ਼੍ਰੀ ਅਕਾਲ ਜੀ, ਮੈਂ ਫਤਿਹ ਟਰਬਨ ਅਕੈਡਮੀ ਰਾਮਾ ਮੰਡੀ ਜਲੰਧਰ ਤੋਂ ਅੱਜ ਤੁਹਾਨੂੰ ਆਪਾਂ ਸੈਮੀ ਪਟਿਆਲਾ ਸ਼ਾਹੀ ਵੱਟਾਂ ਵਾਲੀ ਦੱਸਣ ਜਾ ਰਹੇ ਹਾਂ। ਜੇ ਕਿਸੇ ਨੇ ਪੂਣੀ ਸਿੱਖਣੀ ਹੈ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਆਪਾਂ ਵੀਡੀਓ ਦਾ ਲਿੰਕ ਦਿੱਤਾ ਹੋਇਆ, ਉਹਦੇ 'ਚ ਪੂਰੀ ਡਿਟੇਲ ਨਾਲ ਪੂਣੀ ਬਾਰੇ ਦੱਸਿਆ ਗਿਆ। ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਪੱਗ ਕਿੱਦਾਂ ਬੰਨ੍ਹਣੀ ਆ। ਇਹਦੇ ਲਈ ਪੂਣੀ ਜਿਹੜੀਆਂ ਦੋ ਨੁੱਕਰਾਂ ਆ, ਉਹਦੀ ਜਿਹੜੀ ਅੰਦਰ ਵਾਲੀ ਨੁੱਕਰ ਆ ਉਹਨੂੰ ਥੋੜ੍ਹਾ ਜਿਹਾ ਬਾਹਰ ਖਿੱਚ ਕੇ ਇਸ ਤਰ੍ਹਾਂ ਪੱਲੇ ਨੂੰ ਰੱਖ ਲੈਣਾ, ਵੱਟ ਬਾਹਰ ਕੱਢ ਕੇ, ਅਤੇ ਨੈਕਸਟ ਲੜ ਉਹਦੇ ਪੈਰਲਰ ਜਿਹਾ ਰੱਖ ਕੇ ਇਸ ਤਰ੍ਹਾਂ ਉਂਗਲਾਂ 'ਚ ਪਿੰਚ ਕਰਕੇ ਨਾ ਲੜ ਨੂੰ ਤਾਂ ਥੋੜ੍ਹੀਆਂ ਜਿਹੀਆਂ ਵੱਟ ਬਣਾ ਕੇ ਫਿਰ ਅੱਗੇ ਲੈ ਜਾਣਾ। ਨੈਕਸਟ ਫਿਰ ਉਸੇ ਤਰ੍ਹਾਂ ਅੰਦਰਲਾ ਪਾਸਾ ਖਿੱਚਣਾ ਪੂਣੀ ਦਾ, ਜਿਹੜੇ ਆਪਾਂ ਦੋ ਪਾਸੇ ਹੁੰਦੇ ਪੂਣੀ ਦੇ ਦੋ ਕੋਨੇ, ਉਹਦੇ ਵਿੱਚੋਂ ਅੰਦਰਲਾ ਖਿੱਚ ਕੇ ਬਾਹਰ ਵੱਟ ਕੱਢ ਲੈਣੇ ਆ ਅਤੇ ਪਿੰਚ ਕਰਕੇ ਜਦੋਂ ਤੱਕ ਲੜ ਆਪਾਂ ਰੱਖ ਨਹੀਂ ਲੈਂਦੇ ਉਦੋਂ ਤੱਕ ਆਪਾਂ ਖੂੰਜੇ ਤੋਂ ਛੱਡਣਾ ਨਹੀਂ ਹੈਗਾ ਲੜ ਨੂੰ। ਫਿਰ ਉਸੇ ਤਰ੍ਹਾਂ ਅੰਦਰਲਾ ਪਾਸਾ ਖਿੱਚ ਕੇ ਪੂਣੀ ਦਾ ਅਤੇ ਉਂਗਲਾਂ ਨਾਲ ਪਿੰਚ ਕਰਕੇ ਅਤੇ ਕੋਰਨਰ 'ਚ ਘੁੱਟ ਕੇ ਨੈਕਸਟ ਇਹਦੇ 'ਚ ਆਪਾਂ 7.5 ਮੀਟਰ ਫੁੱਲ ਵੈਲ ਕੱਪੜਾ ਯੂਜ਼ ਕੀਤਾ ਪੱਗ ਦੇ ਲਈ। ਫਿਰ ਅੰਦਰਲਾ ਪਾਸਾ ਖਿੱਚ ਕੇ ਉੱਪਰਲੇ ਲੜਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਗੈਪ ਦਿੰਦੇ ਹੋਏ ਅੱਗੋਂ ਫਿਰ ਪਿੰਚ ਕਰਕੇ ਤਾਂ ਵੱਟ ਬਣਾ ਲੈਣੇ ਆ ਬਾਹਰਲੇ ਪਾਸੇ। ਕੋਸ਼ਿਸ਼ ਕਰਨੀ ਆ ਵੱਟਾਂ ਵਿੱਚ ਥੋੜ੍ਹੀ ਢਿੱਲ ਨਾ ਰਹੇ, ਇਸ ਲਈ ਲੜ ਰੱਖਣ ਵੇਲੇ ਥੋੜ੍ਹਾ ਖਿੱਚ ਕੇ ਰੱਖਣਾ ਲੜ ਨੂੰ। ਇੱਕ ਗੱਲ ਹੋਰ, ਜਿਹੜੀ ਆਪਾਂ ਅੰਦਰਲਾ ਪਾਸਾ ਪੂਣੀ ਦਾ ਜਾਂ ਬਾਹਰਲਾ ਪਾਸਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜੋ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਇੱਕ ਵਾਰੀ ਸਾਡੀ ਜਿਹੜੀ ਪੂਣੀ ਦੀ ਵੀਡੀਓ ਉਹ ਦੇਖੋ ਅਤੇ ਪਟਿਆਲਾ ਸ਼ਾਹੀ ਪੱਗ ਜਿਹੜੀ ਸਿੰਪਲ ਹੁੰਦੀ ਉਹ ਕਿੱਦਾਂ ਬੰਨਣੀ ਪਰ ਉਹ ਵੀ ਨਾਲ ਦੇਖੋ, ਉਹਦਾ ਲਿੰਕ ਆਪਾਂ ਦੋਨਾਂ ਵੀਡੀਓਜ਼ ਦਾ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ। ਅਤੇ ਹੁਣ ਆਪਣਾ ਲਾਸਟ ਲਾ ਲੜ ਰਹਿ ਚੁੱਕਿਆ, ਇਹਦੇ ਨੂੰ ਵਿੱਚ ਆਪਾਂ ਬਾਹਰਲਾ ਪਾਸਾ ਵੀ ਖਿੱਚ ਸਕਦੇ ਹਾਂ। ਲਾਸਟਲਾ ਲੜ ਆਪਾਂ ਜੇ ਰੱਖਣਾ ਚਾਹੀਏ ਤਾਂ ਅਸੀਂ ਸਾਫ਼ ਵੀ ਰੱਖ ਸਕਦੇ ਹਾਂ, ਬਾਕੀ ਤੁਹਾਡੀ ਮਰਜ਼ੀ ਆ। ਜੇ ਥੋੜ੍ਹੇ ਬਹੁਤੇ ਵੱਟ ਪਾਉਣੇ ਆ ਤਾਂ ਲਾਸਟ 'ਚ ਪਾ ਵੀ ਸਕਦੇ ਹਾਂ। ਹੁਣ ਦੇਖੋ ਤੁਹਾਡੀ ਪੱਗ ਦੀ ਸ਼ੇਪ ਤਿਆਰ ਹੋ ਗਈ ਪੂਰੀ। ਹੁਣ ਦੋਨੋਂ ਲੜਾਂ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਲੈਣਾ ਅਤੇ ਆਪਣੇ ਦੋਨੋਂ ਹੱਥ ਫ੍ਰੀ ਹੋ ਜਾਣਗੇ। ਉੱਪਰਲੇ ਲੜਾਂ ਦੀ ਸਭ ਤੋਂ ਪਹਿਲਾਂ ਸੈਟਿੰਗ ਕਰ ਲੈਣੀ ਆ, ਜਿੰਨਾ ਹੋ ਸਕਦਾ ਹੱਥਾਂ ਨਾਲ ਬਰਾਬਰ ਕਰ ਲੈਣੇ ਆ। ਅਤੇ ਹੁਣ ਆਪਾਂ ਬਾਜ਼ ਦੀ ਹੈਲਪ ਨਾਲ ਜਿਹੜੇ ਕੋਰਨਰ ਵਿੱਚ ਥੋੜ੍ਹੇ ਲਾੜੇ ਆ ਉਹ ਟਾਈਟ ਕਰ ਲੈਣੇ ਆ, ਅਤੇ ਕੋਸ਼ਿਸ਼ ਕਰਨਾ ਜਿਹੜੀਆਂ ਜਿਹੜੀਆਂ ਵੱਟਾਂ ਦੀ ਉਹ ਇੱਕ ਸਮਿਟਰੀ 'ਚ ਕਰ ਲੈਣਾ ਆਪਾਂ ਬਾਜ਼ ਦੀ ਹੈਲਪ ਨਾਲ। ਪ੍ਰੋਪਰ ਲੜਾ ਵਾਂਗ ਤਾਂ ਇਹਨੇ ਹੋ ਨਹੀਂ ਜਾਣਾ, ਬਟ ਫਿਰ ਵੀ ਜਿੰਨਾ ਹੋ ਸਕਦਾ ਆਪਾਂ ਇਹਨੂੰ ਸਮਿਟਰੀ 'ਚ ਰੱਖ ਲੈਣਾ ਲੜਾਂ ਨੂੰ। ਅਤੇ ਇੱਕ ਗੱਲ ਹੋਰ ਦੱਸਦਾਂ, ਇਹ ਪੱਗ ਜਿਹੜੀ ਆ ਮੈਂ ਇਹਨੂੰ ਪਾਣੀ ਨਹੀਂ ਲਗਾਇਆ ਹੈਗਾ, ਸੁੱਕੀ ਨਾਲ ਥੋੜ੍ਹੀ ਫਲਾਵਟ ਵਧੀਆ ਆਉਂਦੀ ਆ, ਬਾਕੀ ਤੁਹਾਡੀ ਚੁਆਇਸ ਆ ਕਿ ਤੁਸੀਂ ਪਾਣੀ ਲਾਉਣਾ ਜਾਂ ਨਹੀਂ ਲਾਉਣਾ। ਫੁੱਲ ਵੈਲ ਦੀ ਪੱਗ ਥੋੜ੍ਹੀ ਆ ਇਕੱਠੀ ਜ਼ਿਆਦਾ ਹੋ ਜਾਂਦੀ ਹੈ ਛੋਟੀ ਜੇ ਆਪਾਂ ਜ਼ਿਆਦਾ ਪਾਣੀ ਲਗਾਵਾਂਗੇ। ਹੁਣ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖ ਰਹੇ ਹਾਂ ਹਲਕਾ ਫੁਲਕਾ ਲੜਾਂ ਨੂੰ ਸਮਿਟਰੀ ਵਾਈਜ਼ ਕਰ ਲੈਣਾ ਹੈਗਾ। ਹੁਣ ਆਪਾਂ ਨੈਕਸਟ ਤੁਹਾਨੂੰ ਲਾਸਟ ਵਾਲਾ ਲੜ ਲਾਉਣ ਬਾਰੇ ਦੱਸਦੇ ਹਾਂ। ਉਹਦੇ ਲਈ ਇੱਕ ਪਿੰਨ ਆਪਾਂ ਲੈ ਲੈਣੀ ਆ ਅਤੇ ਉਹਨੂੰ ਲਾਸਟ ਵਾਲੇ ਲੜ ਨੂੰ ਇਸ ਤਰ੍ਹਾਂ ਖਿੱਚ ਕੇ ਉਹਦੇ ਉੱਪਰ ਪਿੰਨ ਲਗਾ ਲੈਣੀ ਆ ਤਾਂ ਜੋ ਆਪਾਂ ਜਿਹੜਾ ਬਾਹਰਲਾ ਪਾਰਟ ਆ ਉਹ ਸਾਫ਼ ਰਹੇ, ਜਿਹੜਾ ਲੜ ਦੇ ਉੱਪਰ ਬਾਹਰ ਦਿਸਣਾ ਆ ਆਪਾਂ ਨੂੰ। ਹੁਣ ਲਾਸਟਲੀ ਲੜ ਲਗਾਉਣ ਲਈ ਸਭ ਤੋਂ ਪਹਿਲਾਂ ਆਪਾਂ ਇਹਨੂੰ ਖੋਲ੍ਹ ਕੇ ਇਹਦੇ ਦੋਨੋਂ ਕੋਰਨਰ ਚੰਗੀ ਤਰ੍ਹਾਂ ਇੱਕ ਸਮਿਟਰੀ 'ਚ ਕਰਕੇ ਵਿਛਾ ਲੈਣੇ ਆ ਅਤੇ ਤਾਂ ਜੋ ਬਾਹਰਲਾ ਪਾਰਟ ਆਪਣਾ ਜਿਹੜਾ ਸਾਫ਼ ਹੋ ਜਾਣਾ। ਅਤੇ ਇਹਨੂੰ ਆਪਾਂ ਦੋ ਤਰੀਕੇ ਨਾਲ ਲੜ ਲਾ ਸਕਦੇ ਹਾਂ। ਇੱਕ ਤਾਂ ਆਪਾਂ ਇਹਨੂੰ ਘੁਮਾ ਕੇ ਲਾ ਸਕਦੇ ਹਾਂ, ਜਿੱਥੇ ਜਿੱਥੇ ਤੱਕ ਪੱਗ ਹੈਗੀ ਸਾਫ਼ ਉਸ ਉੱਥੇ ਤੱਕ ਆਪਾਂ ਲੜ ਨੂੰ ਖਿੱਚ ਕੇ ਉੱਪਰ ਤੱਕ ਕਰ ਦੇਣਾ ਤਾਂ ਜੋ ਜਿਹੜਾ ਪਾਰਟ ਲੜ ਦੇ ਬਾਹਰ ਆਉਣਾ ਆ ਉਹ ਸਾਫ਼ ਰਹੇ। ਪਹਿਲਾਂ ਤਾਂ ਇੱਕ ਲੜ ਆਪਾਂ ਪਿੰਨ ਦੇ ਵਿੱਚ ਫਸਾ ਕੇ ਘੁਮਾ ਕੇ ਲਗਾ ਸਕਦੇ ਹਾਂ,
ਅੰਗੂਠੇ ਤੇ ਜਿਹੜੀ ਵੱਡੀ ਫਿੰਗਰ ਉਹਦੇ ਵਿੱਚ ਆਪਾਂ ਘੁਮਾ ਕੇ ਇਸ ਤਰ੍ਹਾਂ ਮੋਰਨੀ ਬਣਾ ਕੇ ਵੀ ਲਾ ਸਕਦੇ ਹਾਂ ਲੜ ਨੂੰ। ਅਤੇ ਦੂਜਾ ਤਰੀਕਾ ਆਪਾਂ ਦੱਸਦੇ ਹਾਂ ਉਹ ਸਿੱਧਾ ਜੇ ਲੜ ਲਗਾਉਣਾ ਆ, ਇਹਦੇ ਵਿੱਚ ਮੋਸਟਲੀ ਆਪਾਂ ਸਿੱਧਾ ਹੀ ਲੜ ਲਗਾਉਂਦੇ ਹਾਂ। ਉਹਦੇ ਲਈ ਕੀ ਕਰਨਾ ਹੈ, ਇਸੇ ਲੜ ਦੇ ਉੱਪਰ ਵੀ ਇੱਕ ਪਿੰਨ ਲਗਾ ਲੈਣੀ ਆ ਆਪਾਂ, ਉਸ ਤੋਂ ਹਾਫ ਨੂੰ ਵਿੱਚ ਬੈਂਡ ਕਰਕੇ ਬਾਕੀ ਉੱਪਰ ਸਿੱਧਾ ਕਰ ਦੇਣਾ ਲੜ ਨੂੰ। ਹੁਣ ਆ ਤੁਹਾਡਾ ਲਾਸਟਲਾ ਪੱਲਾ ਲੱਗ ਗਿਆ, ਉਹਦੇ ਉੱਪਰ ਇੱਕ ਦੋ ਪਿੰਨ ਲਗਾ ਦੇਣੀ ਆ ਤਾਂ ਜੋ ਲੜ ਬਾਅਦ 'ਚ ਹਿੱਲੇ ਨਾ। ਹੁਣ ਤੁਹਾਡੀ ਪੱਗ ਆਲਮੋਸਟ ਕੰਪਲੀਟ ਹੋ ਗਈ ਆ। ਹੁਣ ਆਪਾਂ ਤੁਹਾਨੂੰ ਸਿਰ ਢੱਕਣ ਬਾਰੇ ਦੱਸਦੇ ਹਾਂ। ਜਿਹੜਾ ਪਹਿਲਾ ਪੱਲਾ ਸੀ ਉਹਨੂੰ ਉੱਪਰੋਂ ਖਿੱਚ ਕੇ ਇਸ ਤਰੀਕੇ ਨਾਲ ਖੋਲ੍ਹ ਲੈਣਾ ਆ, ਅਤੇ ਜਿਹੜਾ ਐਕਸਟਰਾ ਕੱਪੜਾ ਬਚਦਾ ਆ ਉਹ ਦੋਨੋਂ ਪਾਸੇ ਪੱਗ ਦੇ ਦੋਨੋਂ ਕੋਨਿਆਂ 'ਚ ਫਸਾ ਲੈਣਾ। ਜੇ ਤੁਸੀਂ ਚਾਹੋ ਤਾਂ ਇਹਨੂੰ ਦੂਜੀ ਜ਼ਿਆਦਾ ਪਟਿਆਲਾ ਸ਼ਾਹੀ ਵੀ ਕਰ ਸਕਦੇ ਹਾਂ, ਬਸ ਜਿਹੜਾ ਇੱਧਰੋਂ ਗੈਪ ਆ ਉਹ ਸਾਨੂੰ ਲੜਾਂ ਦਾ ਜ਼ਿਆਦਾ ਕਰਨਾ ਪੈਣਾ ਜਿਹੜੇ ਵੱਟ ਆਪਾਂ ਬਣਾਉਂਦੇ ਹਾਂ। ਇਹ ਥੋੜ੍ਹੀ ਸੈਮੀ ਪਟਿਆਲਾ ਆ, ਇਹਦੇ ਵਿੱਚ ਆਪਾਂ ਗੈਪ ਘੱਟ ਰੱਖਿਆ ਆ। ਲੜ ਜਿਹੜਾ ਲਾਸਟ 'ਚ ਲਾਉਣਾ ਪਿੱਛੋਂ ਉਹ ਅਟੈਕ ਕਰ ਦੇਣਾ, ਅਤੇ ਹੁਣ ਆਲਮੋਸਟ ਤੁਹਾਡੀ ਪੱਗ ਕੰਪਲੀਟ ਆ। ਮੈਂ ਆਸ ਕਰਦਾ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੂਗੀ। ਜੇ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ, ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਫੇਸਬੁੱਕ 'ਤੇ ਅਤੇ ਇੰਸਟਾਗ੍ਰਾਮ 'ਤੇ ਵੀ ਸਾਨੂੰ ਜੁਆਇਨ ਕਰੋ। ਲਾਸਟ ਵਿੱਚ ਉਹਦੀ ਫੋਟੋ ਦੇ ਉੱਤੇ ਸਾਰਾ ਡਿਟੇਲ ਲਿਖੀ ਹੋਈ ਆ ਸਾਡੇ ਫੇਸਬੁੱਕ ਪੇਜ ਬਾਰੇ ਅਤੇ ਇੰਸਟਾਗ੍ਰਾਮ ਬਾਰੇ। ਅਤੇ ਅੱਜ ਲਈ ਇੰਨਾ ਹੀ, ਨਵੀਂ ਵੀਡੀਓ ਲੈ ਕੇ ਆਪਾਂ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।